जिला तरनतारन पुलिस वल्लो फोन ते 25 लाख रुपए दी फिरौती मंगन वाले दोषी नु गिरफ्तार। ए बारे बहुत तफ्तीश दे अगले पार्ट विच रिश्तेदारी दे विच फिरौती चल रही ਇਹ ਜਿਹੜਾ ਇਹਦਾ ਰਿਸ਼ਤੇਦਾਰੀ ਦੇ ਵਿੱਚ ਚੰਦਨਪੁਰੀ ਜਿਹੜਾ ਇਹਦਾ ਸਾਲਾ ਜਿਹਨੂੰ ਇਹਦੇ ਬਾਰੇ ਕਿ ਇਹਦੇ ਕੀ ਕੰਮ ਕਰਨੇ ਕੀ ਪ੍ਰਾਪਰਟੀਆਂ ਨੇ ਉਹਦੇ ਬਾਰੇ ਸਾਰਾ ਪਤਾ ਸੀ ਉਹਨੇ ਉੱਥੋਂ ਇਹਨਾਂ ਨਾਲ ਲਿੰਕ ਕਰਕੇ ਇਹਦੇ ਕੋਲੋਂ ਫਰੌਤੀ ਦੀ ਡਿਮਾਂਡ ਕਰਾਉਣ ਦਾ ਜਿਹੜਾ ਕੰਮ ਕੀਤਾ ਇਹ ਮੰਗੀ ਤੇ ਗੈਂਗਸਟਰਾਂ ਦੇ ਨਾਂ ਤੇ ਹੀ ਹੈ ਪਰ ਐਕਚੁਅਲੀ ਬੈਕਗ੍ਰਾਉਂਡ ਕੁਛ ਹੋਰ ਹੈ ਤੇ ਜਿਹੜਾ ਕੋਈ ਰਿਸ਼ਤੇਦਾਰ ਆ ਉਹ ਨਾਲ ਕਹਿ ਕੇ ਕਰਵਾਉਣ ਡਿਆ ਜੀ नहीं ए को वाइपर नहीं बरामद हो बंदा जेड़ा थी जेल दे विचों रिमांड तो लैके आया जेल ए अमृतसर जेल चे असीं अपील करदे आ कि जदों इहो जी कोई डिमांड करदा जां कोई गलबात हुंदी आ ते पुलिस दे ध्यान च लियाओ एवें यकदम उठ के किसी नूं इहो जे फरौती देण दी कोई जरूरत नहीं असीं हर हीले हर समय इन्हां दे नाल आ कि अजिहे बंदिआं नूं नत्थ पाउण लई असीं हर सख्त कदम चुकण लई तैयार आ ਇਹਦੇ ਨਾਲ ਦਾ ਹੀ ਇੱਕ ਹੋਰ ਮਾਮਲਾ ਕਿ ਇਹ ਗੌਰਵ ਹੈਗਾ ਸੀ ਗੌਰਵ ਪੁੱਤਰ ਕਿਸ਼ਨ ਕਨਈਆ ਵਾਸੀ ਭਿੱਖੀ ਪਿੰਡ ਇਹਦੇ ਕੋਲੋਂ ਵੀ ਕੁਛ ਜਾਣ ਪਛਾਣ ਤੇ ਵਿਅਕਤੀਆਂ ਨੇ 25 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਸੀ ਇਹਨੂੰ ਵੀ ਅਸੀਂ ਟੈਕਨੀਕਲ ਤੇ ਤੌਰ ਤੇ ਡਿਟੈਕਟ ਕਰਕੇ ਤੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜੋ ਇਸ ਵੇਲੇ ਜੇਲ੍ਹ ਦੇ ਵਿੱਚ ਸੀ ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਰੀਦ ਕੇ ਥਾਣਾ ਘਣੀਏ ਕੇ ਬਾਂਗਰ ਹਾਲ ਚਿਤੌੜਗੜ੍ਹ ਘਣੀਏ ਕੇ ਬਾਂਗਰ ਜ਼ਿਲ੍ਹਾ ਬਟਾਲਾ ਇਹਨੂੰ ਅਸੀਂ ਟੈਕਨੀਕਲੀ ਤੌਰ ਤੇ ਟਰੇਸ ਕਰਕੇ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆਏ ਹਾਂ ਤੇ ਇਹਦੇ ਕੋਲ ਪੁੱਛਗਿੱਛ ਜਾਰੀ ਹੈ ਇਹਦੇ ਵਿੱਚ ਇਹਦਾ ਸਾਥੀ ਇਹਦੇ ਨਾਲ ਇਹਦਾ ਸਾਥ ਦਿੱਤਾ ਸੀ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਵੀਰ ਸਿੰਘ ਵਾਸੀ ਚੱਕ ਸਿਕੰਦਰ ਇਹਦੀ ਗ੍ਰਿਫਤਾਰੀ ਅਜੇ ਬਾਕੀ ਹੈ ਇਹ ਹੀਰੇ ਦਾ ਸਾਥੀ ਹੈ ਪਰ ਅਸਲ ਗੱਲ ਜਿਹੜੀ ਆ ਉਹ ਤੁਹਾਡੇ ਧਿਆਨ ਚ ਲਿਆਉਣੀ ਜ਼ਰੂਰੀ ਹੈ ਕਿ ਜਿਹੜਾ ਮਦਈ ਹੈ ਇਸ ਦਾ ਹੀ ਸਾਲਾ ਜੋ ਮਲੇਸ਼ੀਆ ਬੈਠਾ ਇਹਨਾਂ ਬੰਦਿਆਂ ਨੂੰ ਇਹਦੇ ਫੋਨ ਨੰਬਰ ਤੇ ਇਹਦੇ ਬਾਰੇ ਬਾਇਓਡਾਟਾ ਦੇ ਕੇ ਤੇ ਇਹਦੇ ਕੋਲ ਫਰੌਤੀ ਦੀ ਡਿਮਾਂਡ ਕਰਾ ਰਿਹਾ ਸੀ ਉਹਦਾ ਨਾਂ ਹੈ ਚੰਦਨਪੁਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਹਾਲ ਵਾਸੀ ਮਲੇਸ਼ੀਆ ਇਹਦੀ ਗ੍ਰਿਫਤਾਰੀ ਵੀ ਬਾਕੀ ਆ ਇਹਨੂੰ ਡੰਗਿਆਈ ਨਾਲ ਤਫਤੀਸ਼ ਕਰਕੇ ਵਾਚ ਕੇ ਤੇ ਇਹਨੂੰ ਦੇਖਿਆ ਜਾਏਗਾ ਕਿ ਹੋਰ ਇਹਨਾਂ ਨੇ ਕਿਹਦੇ ਕਿਹਦੇ ਕੋਲੋਂ ਹੋਰ ਫਰੌਤੀ ਮੰਗੀ ਹੈ ਜਾਂ ਕਿਸੇ ਕੋਲ ਪੈਸੇ ਲਏ ਆ ਜਾਂ ਨਹੀਂ ਹੈ।